ਇੱਕ ਸ਼ਾਤਰ ਚੋਰ ਦੇ ਵੱਲੋਂ ਦਿਨ ਦਿਹਾੜੇ ਬਾਜ਼ਾਰ ਦੇ ਵਿੱਚੋਂ ਐਕਟਿਵਾ ਚੋਰੀ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਚੋਰ ਬੜੇ ਹੀ ਆਰਾਮ ਦੇ ਨਾਲ ਐਕਟਿਵਾ ਦੇ ਕੋਲ ਖੜਦਾ ਹੈ, ਚਾਬੀ ਲਾਉਂਦਾ ਹੈ ਤੇ ਫਿਰ ਐਕਟਿਵਾ ਲੈ ਕੇ ਫਰਾਰ ਹੋ ਜਾਂਦਾ ਹੈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸਭ ਕੁਝ ਨਜ਼ਰ ਆਇਆ, ਜਿੱਥੇ ਪਹਿਲਾਂ ਤਾਂ ਮਾਲਕ ਹੈਰਾਨ ਰਹਿ ਗਿਆ, ਜਿਸਨੇ ਘਰੋਂ ਬਾਹਰ ਨਿਕਲ ਕੇ ਦੇਖਿਆ ਤਾਂ ਐਕਟਿਵਾ ਗਾਇਬ ਸੀ। ਤੇ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਤਸਵੀਰਾਂ ਦੇਖ ਕੇ ਹੋਸ਼ ਉੜ ਗਏ ਕਿ ਇੱਕ ਚੋਰ ਬੜੇ ਆਰਾਮ ਦੇ ਨਾਲ ਗਲੀ 'ਚ ਗੇੜੇ ਲਾਉਂਦਾ ਇਸ ਐਕਟਿਵਾ ਦੇ ਕੋਲ ਖੜ ਜਾਂਦਾ ਹੈ, ਫਿਰ ਬੜੇ ਹੀ ਹੁਸ਼ਿਆਰੀ ਦੇ ਨਾਲ ਚਾਬੀ ਲਾਉਂਦਾ ਹੈ ਤੇ ਜਿਵੇਂ ਹੀ ਚਾਬੀ ਲੱਗ ਜਾਂਦੀ ਹੈ ਐਕਟਿਵਾ ਨੂੰ ਸਟਾਰਟ ਕਰਦਾ ਹੈ ਤੇ ਉੱਥੋਂ ਲੈ ਕੇ ਫਰਾਰ ਹੋ ਜਾਂਦਾ ਹੈ। ਕੁਝ ਮਿੰਟਾਂ ਦੇ ਵਿੱਚ ਇਸ ਚੋਰ ਨੇ ਐਕਟਿਵਾ ਚੋਰੀ ਕਰ ਲਈ ਤੇ ਫਿਰ ਰਫੂ ਚੱਕਰ ਹੋ ਗਿਆ। ਉਧਰ ਮਾਲਕ ਦੇ ਵੱਲੋਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮਾਮਲਾ ਲੁਧਿਆਣਾ ਦੇ ਸ਼ਾਮ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿਨ ਦਿਹਾੜੇ ਇਹ ਚੋਰ ਜਿਹੜਾ ਆ ਗਲੀ 'ਚ ਗੇੜੇ ਮਾਰਦਾ ਹੋਇਆ ਫਿਰ ਇਸ ਐਕਟਿਵਾ ਦੇ ਕੋਲ ਜਾ ਕੇ ਖੜ ਜਾਂਦਾ ਹੈ। ਕੁਝ ਹੀ ਮਿੰਟਾਂ ਦੇ ਵਿੱਚ ਇਹ ਇੱਥੇ ਚਾਬੀ ਲਾ ਕੇ ਐਕਟਿਵਾ ਨੂੰ ਸਟਾਰਟ ਕਰਕੇ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਕਿਸੇ ਨੂੰ ਸ਼ੱਕ ਤੱਕ ਨਹੀਂ ਹੁੰਦਾ ਕਿ ਐਕਟਿਵਾ ਚੋਰੀ ਹੋ ਗਈ ਹੈ। ਖੁਲਾਸਾ ਉਦੋਂ ਹੁੰਦਾ ਹੈ ਜਦੋਂ ਮਾਲਕ ਘਰ ਦੇ ਬਾਹਰੋਂ ਐਕਟਿਵਾ ਗਾਇਬ ਦੇਖਦਾ ਹੈ ਤੇ ਫਿਰ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਚੋਰ ਦੇ ਵੱਲੋਂ ਮਿੰਟਾਂ ਦੇ ਵਿੱਚ ਹੀ ਇਹ ਐਕਟਿਵਾ ਚੋਰੀ ਕਰ ਲਈ ਗਈ ਹੈ ਤੇ ਚੋਰ ਰਫੂ ਚੱਕਰ ਹੋ ਗਿਆ। ਫਿਲਹਾਲ ਪੁਲਿਸ ਇਸੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਸ ਚੋਰ ਦੀ ਤਲਾਸ਼ ਕਰ ਰਹੀ ਹੈ। ਨਗਰ ਗਲੀ ਨੰਬਰ 6 ਜਿੱਥੇ ਕਿ ਇੱਕ ਐਕਟਿਵਾ PB10 FC 1337 ਸ਼ਾਮ ਨੂੰ 5:15 'ਤੇ ਇਸ ਜਗ੍ਹਾ ਤੋਂ ਚੋਰੀ ਹੋ ਗਈ ਹੈ। ਇਹ ਗਲੀ 6 ਨੰਬਰ ਗਲੀ ਹੈ ਜਿਹੜੀ ਕਿ ਸ਼ਾਮ ਨਗਰ ਦੀ ਹੈ। ਇਹ ਗਲੀ ਪੂਰੀ ਚੱਲਦੀ ਹੈ। ਇਸ ਵਿੱਚ ਇੱਕ ਵੀਡੀਓ ਵਿੱਚ ਤੁਹਾਨੂੰ ਦਿਖਾਇਆ ਗਿਆ ਹੈ ਕਿ ਇੱਕ ਲਾਲ ਰੰਗ ਦਾ ਮੁੰਡਾ, ਲਾਲ ਰੰਗ ਦੀ ਕਮੀਜ਼ ਪਾਈ ਹੋਈ ਮੁੰਡੇ ਨੇ ਬੜੇ ਆਰਾਮ ਦੇ ਨਾਲ 30 ਸਕਿੰਟ ਵਿੱਚ ਐਕਟਿਵਾ ਆਈ, ਚਾਬੀ ਲਗਾਈ ਤੇ ਲੈ ਕੇ ਚਲਾ ਗਿਆ। ਇੱਕ ਸ਼ਾਤਰ ਚੋਰ ਦੇ ਵੱਲੋਂ ਦਿਨ ਦਿਹਾੜੇ ਬਾਜ਼ਾਰ ਦੇ ਵਿੱਚੋਂ ਐਕਟਿਵਾ ਚੋਰੀ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਚੋਰ ਬੜੇ ਹੀ ਆਰਾਮ ਦੇ ਨਾਲ ਐਕਟਿਵਾ ਦੇ ਕੋਲ ਖੜਦਾ ਹੈ, ਚਾਬੀ ਲਾਉਂਦਾ ਹੈ ਤੇ ਫਿਰ ਐਕਟਿਵਾ ਲੈ ਕੇ ਫਰਾਰ ਹੋ ਜਾਂਦਾ ਹੈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸਭ ਕੁਝ ਨਜ਼ਰ ਆਇਆ, ਜਿੱਥੇ ਪਹਿਲਾਂ ਤਾਂ ਮਾਲਕ ਹੈਰਾਨ ਰਹਿ ਗਿਆ, ਜਿਸਨੇ ਘਰੋਂ ਬਾਹਰ ਨਿਕਲ ਕੇ ਦੇਖਿਆ ਤਾਂ ਐਕਟਿਵਾ ਗਾਇਬ ਸੀ। ਤੇ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਤਸਵੀਰਾਂ ਦੇਖ ਕੇ ਹੋਸ਼ ਉੜ ਗਏ ਕਿ ਇੱਕ ਚੋਰ ਬੜੇ ਆਰਾਮ ਦੇ ਨਾਲ ਗਲੀ 'ਚ ਗੇੜੇ ਲਾਉਂਦਾ ਇਸ ਐਕਟਿਵਾ ਦੇ ਕੋਲ ਖੜ ਜਾਂਦਾ ਹੈ, ਫਿਰ ਬੜੇ ਹੀ ਹੁਸ਼ਿਆਰੀ ਦੇ ਨਾਲ ਚਾਬੀ ਲਾਉਂਦਾ ਹੈ ਤੇ ਜਿਵੇਂ ਹੀ ਚਾਬੀ ਲੱਗ ਜਾਂਦੀ ਹੈ ਐਕਟਿਵਾ ਨੂੰ ਸਟਾਰਟ ਕਰਦਾ ਹੈ ਤੇ ਉੱਥੋਂ ਲੈ ਕੇ ਫਰਾਰ ਹੋ ਜਾਂਦਾ ਹੈ। ਕੁਝ ਮਿੰਟਾਂ ਦੇ ਵਿੱਚ ਇਸ ਚੋਰ ਨੇ ਐਕਟਿਵਾ ਚੋਰੀ ਕਰ ਲਈ ਤੇ ਫਿਰ ਰਫੂ ਚੱਕਰ ਹੋ ਗਿਆ। ਉਧਰ ਮਾਲਕ ਦੇ ਵੱਲੋਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮਾਮਲਾ ਲੁਧਿਆਣਾ ਦੇ ਸ਼ਾਮ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿਨ ਦਿਹਾੜੇ ਇਹ ਚੋਰ ਜਿਹੜਾ ਆ ਗਲੀ 'ਚ ਗੇੜੇ ਮਾਰਦਾ ਹੋਇਆ ਫਿਰ ਇਸ ਐਕਟਿਵਾ ਦੇ ਕੋਲ ਜਾ ਕੇ ਖੜ ਜਾਂਦਾ ਹੈ। ਕੁਝ ਹੀ ਮਿੰਟਾਂ ਦੇ ਵਿੱਚ ਇਹ ਇੱਥੇ ਚਾਬੀ ਲਾ ਕੇ ਐਕਟਿਵਾ ਨੂੰ ਸਟਾਰਟ ਕਰਕੇ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਕਿਸੇ ਨੂੰ ਸ਼ੱਕ ਤੱਕ ਨਹੀਂ ਹੁੰਦਾ ਕਿ ਐਕਟਿਵਾ ਚੋਰੀ ਹੋ ਗਈ ਹੈ। ਖੁਲਾਸਾ ਉਦੋਂ ਹੁੰਦਾ ਹੈ ਜਦੋਂ ਮਾਲਕ ਘਰ ਦੇ ਬਾਹਰੋਂ ਐਕਟਿਵਾ ਗਾਇਬ ਦੇਖਦਾ ਹੈ ਤੇ ਫਿਰ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਚੋਰ ਦੇ ਵੱਲੋਂ ਮਿੰਟਾਂ ਦੇ ਵਿੱਚ ਹੀ ਇਹ ਐਕਟਿਵਾ ਚੋਰੀ ਕਰ ਲਈ ਗਈ ਹੈ ਤੇ ਚੋਰ ਰਫੂ ਚੱਕਰ ਹੋ ਗਿਆ। ਫਿਲਹਾਲ ਪੁਲਿਸ ਇਸੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਸ ਚੋਰ ਦੀ ਤਲਾਸ਼ ਕਰ ਰਹੀ ਹੈ। ਨਗਰ ਗਲੀ ਨੰਬਰ 6 ਜਿੱਥੇ ਕਿ ਇੱਕ ਐਕਟਿਵਾ PB10 FC 1337
ਸ਼ਾਮ ਨੂੰ 5:15 ਤੇ ਇਸ ਜਗ੍ਹਾ ਤੋਂ ਚੋਰੀ ਹੋ ਗਈ ਹੈ। ਇਹ ਗਲੀ 6 ਨੰਬਰ ਗਲੀ ਹੈ ਜਿਹੜੀ ਕਿ ਸ਼ਾਮ ਨਗਰ ਦੀ ਹੈ। ਇਹ ਗਲੀ ਪੂਰੀ ਚੱਲਦੀ ਹੈ। ਇਸ ਵਿੱਚ ਇੱਕ ਵੀਡੀਓ ਵਿੱਚ ਤੁਹਾਨੂੰ ਦਿਖਾਇਆ ਗਿਆ ਹੈ ਕਿ ਇੱਕ ਲਾਲ ਰੰਗ ਦਾ ਮੁੰਡਾ, ਲਾਲ ਰੰਗ ਦੀ ਕਮੀਜ਼ ਪਾਈ ਹੋਈ ਮੁੰਡੇ ਨੇ ਬੜੇ ਆਰਾਮ ਦੇ ਨਾਲ 30 ਸਕਿੰਟ ਵਿੱਚ ਐਕਟਿਵਾ ਆਈ, ਚਾਬੀ ਲਗਾਈ ਅਤੇ ਲੈ ਕੇ ਚਲਾ ਗਿਆ।